ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਖਬਰਾਂ ਦੇ ਇਸ ਬੁਲਟਨ 'ਚ। ਮੈਂ ਤੁਹਾਡੇ ਨਾਲ ਰਮਨ ਬਾਜਵਾ। ਬੁਲਟਨ ਦਾ ਆਗਾਜ਼ ਕਰਾਂਗੇ ਪਰ ਸਭ ਤੋਂ ਪਹਿਲਾਂ ਇੱਕ ਨਜ਼ਮਾਲੇ ਨੇ ਹੁਣ ਤੱਕ ਦੀਆਂ ਖਾਸ ਖਬਰਾਂ ਦੇ। ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਉਣ ਤੋਂ ਬਾਅਦ ਕਸ਼ਮੀਰੀ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ। ਸਿਵਲ ਸੁਸਾਇਟੀ ਨੇ ਕੀਤਾ ਵਿਰੋਧ ਪ੍ਰਦਰਸ਼ਨ, ਔਰਤਾਂ ਨੇ ਧਾਰਾ 370 ਹਟਾਉਣ ਦਾ ਕੀਤਾ ਵਿਰੋਧ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਲਈ ਚਰਖੀ ਦਾਦਰੀ ਪਹੁੰਚੇ। ਹਰਿਆਣਾ ਵਾਸੀਆਂ ਵੱਲੋਂ ਲੋਕ ਸਭਾ ਚੋਣਾਂ ਵਿੱਚ ਮਿਲੇ 100% ਸਮਰਥਨ ਲਈ ਲੋਕਾਂ ਦਾ ਕੀਤਾ ਧੰਨਵਾਦ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਪ੍ਰਕਾਸ਼ ਉਤਸਵ 550 ਮੋਬਾਈਲ ਐਪ ਜਾਰੀ। ਬੁਲਟਨ ਦੇ ਖਾਸ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਤੋਂ। ਧਾਰਾ 370 ਨੂੰ ਹਟਾਇਆ, 70 ਦਿਨ ਤੋਂ ਜ਼ਿਆਦਾ ਦਿਨ ਬੀਤ ਚੁੱਕੇ ਨੇ। ਇਸ ਦੌਰਾਨ ਕਸ਼ਮੀਰ ਘਾਟੀ ਵਿੱਚ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ। ਸ਼੍ਰੀਨਗਰ ਵਿੱਚ ਅੱਜ ਸਿਵਲ ਸੁਸਾਇਟੀ ਨੇ ਵਿਰੋਧ ਪ੍ਰਦਰਸ਼ਨ ਕੀਤਾ। ਲਾਲ ਚੌਂਕ 'ਤੇ ਕਈ ਔਰਤਾਂ ਧਾਰਾ 370 ਦੇ ਵਿਰੋਧ ਵਿੱਚ ਸੜਕਾਂ 'ਤੇ ਉਤਰੀਆਂ। ਇਸ ਵਿੱਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਬੇਟੀ ਸਾਫੀਆ ਅਬਦੁੱਲਾ ਖਾਨ ਅਤੇ ਭੈਣ ਸੁਰੱਈਆ ਵੀ ਸ਼ਾਮਿਲ ਸਨ। ਪੁਲਿਸ ਨੇ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਹਨਾਂ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਵਿਰੋਧ ਕੀਤਾ। ਇੱਥੇ ਦੱਸ ਦਈਏ ਕਿ ਬੀਤੇ 5 ਅਗਸਤ 2019 ਨੂੰ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਕੇਂਦਰ ਸਰਕਾਰ ਦੇ ਫੈਸਲੇ ਮਗਰੋਂ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ, ਜਿਨ੍ਹਾਂ ਨੂੰ ਹੌਲੀ ਹੌਲੀ ਹਟਾਇਆ ਜਾ ਰਿਹਾ। ਕੁਝ ਨੇਤਾਵਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਸੀ। ਸਾਵਧਾਨੀ ਦੇ ਤੌਰ ਤੇ ਵੱਡੀ ਗਿਣਤੀ ਵਿੱਚ ਘਾਟੀ ਵਿੱਚ ਫੌਜ ਤੈਨਾਤ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਚਰਖੀ ਦਾਦਰੀ ਪਹੁੰਚੇ, ਜਿੱਥੇ ਉਹਨਾਂ ਹਰਿਆਣਾ ਵਾਸੀਆਂ ਵੱਲੋਂ ਲੋਕ ਸਭਾ ਚੋਣਾਂ ਵਿੱਚ ਮਿਲੇ 100% ਸਮਰਥਨ ਲਈ ਧੰਨਵਾਦ ਕਰਦਿਆਂ ਇੱਕ ਵਾਰ ਫਿਰ ਸਬਕਾ ਸਾਥ ਸਬਕਾ ਵਿਕਾਸ ਦਾ ਨਾਰਾ ਦਿੰਦਿਆਂ ਇਸ ਵਾਰ ਵੀ ਦੀਵਾਲੀ ਧੀਆਂ ਦੀ ਦੀਵਾਲੀ ਮਨਾਉਣ ਦਾ ਦਾਣਾ ਦਿੱਤਾ। ਭਾਈ ਔਰ ਬਹਿਨੋ, ਸਿਰਫ ਔਰ ਸਿਰਫ ਵਿਕਾਸ ਕੋ ਧਿਆਨ ਮੇ ਰੱਖਕਰ, ਰਾਸ਼ਟਰ ਹਿੱਤ ਕੋ ਧਿਆਨ ਮੇ ਰੱਖਕਰ ਆਪਕੇ ਦੁਆਰਾ ਦੀਏ ਗਏ ਵੋਟ ਨੇ ਬਾਂਟਨੇ ਵਾਲੀ ਰਾਜਨੀਤੀ ਕੋ ਪਰਾਸਤ ਕਰ ਦਿਆ ਹੈ। ਹਰਿਆਣਾ ਨੇ ਜੋ 100% ਸਮਰਥਨ ਇਸ ਬਾਰ ਲੋਕ ਸਭਾ ਚੁਣਾਵ ਮੇ ਭਾਜਪਾ ਕੋ ਦਿਆ ਹੈ, ਉਸਕਾ ਅਸਰ ਆਜ ਦਿਖ ਰਹਾ ਹੈ। ਬੀਤੇ 5 ਵਰਸੋਂ ਮੇ ਵਿਕਾਸ ਕੀ ਬੁਨਿਆਦ ਹਮਨੇ ਰੱਖੀ, ਉਸ ਪਰ ਵਿਕਸਿਤ ਔਰ ਸਸ਼ਕਤ ਨਏ ਭਾਰਤ ਕਾ ਨਿਰਮਾਣ ਕਾ ਕਾਮ ਤੇਜ਼ੀ ਸੇ ਸ਼ੁਰੂ ਹੋ ਚੁੱਕਾ ਹੈ। ਸਾਥੀਓ, ਅਹਿਮ ਬਾਤ ਇਹ ਹੈ ਕਿ ਨਏ ਭਾਰਤ ਕੇ ਨਿਰਮਾਣ ਕਾ ਇਹ ਨਯਾ ਨਿਸ਼ਚੈ ਹਮਾਰੇ ਗਾਵੋਂ ਮੇ ਦਿਖ ਰਹਾ ਹੈ, ਗਰੀਬੋਂ ਕੇ ਘਰ ਮੇ ਦਿਖ ਰਹਾ ਹੈ। ਹਮਾਰੇ ਗਾਂਵ ਹੀ ਦੇਸ਼ ਮੇ ਹੋ ਰਹੇ ਸਮਾਜਿਕ ਪਰਿਵਰਤਨ ਕੋ ਆਜ ਗਤੀ ਦੇ ਰਹੇ, ਨਈ ਊਰਜਾ ਦੇ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰੀ ਹਿੱਤ ਲਈ ਜੋ ਵੀ ਕਾਰਵਾਈ ਜ਼ਰੂਰੀ ਹੈ ਉਹ ਡੰਕੇ ਦੀ ਚੋਟ ਤੇ ਕਾਰਵਾਈ ਕਰਦੇ ਰਹਿਣਗੇ। ਜੰਮੂ ਕਸ਼ਮੀਰ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਚਾਹੇ ਕਿੰਨੇ ਵੀ ਇਤਰਾਜ਼ ਹੋਣ, ਅਸੀਂ ਦੇਸ਼ ਦੇ ਹਿੱਤ ਲਈ ਕੋਈ ਕਦਮ ਚੁੱਕਣ ਤੋਂ ਹਿਚਕਿਚਾਵਾਂਗੇ ਨਹੀਂ। ਉਹਨਾਂ ਪਾਕਿਸਤਾਨ ਖਿਲਾਫ਼ ਇੱਕ ਹੋਰ ਵੱਡਾ ਕਦਮ ਚੁੱਕਣ ਦੀ ਗੱਲ ਕੀਤੀ ਹੈ। ਉਹਨਾਂ ਨੇ ਹੁਣ ਪਾਕਿਸਤਾਨ ਵਿਰੁੱਧ ਪਾਣੀ ਤੇ ਸਰਜੀਕਲ ਸਟ੍ਰਾਈਕ ਦਾ ਸੰਕੇਤ ਦਿੱਤਾ ਹੈ। ਮੋਦੀ ਨੇ ਹਰਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਪਾਕਿਸਤਾਨ ਜਾਣ ਵਾਲੇ ਦਰਿਆਵਾਂ ਦਾ ਪਾਣੀ ਰੋਕਿਆ ਜਾਏਗਾ। ਉਹਨਾਂ ਕਿਹਾ ਕਿ ਇਸ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਸਾਡੇ ਕਿਸਾਨਾਂ ਨੂੰ ਉੱਥੇ ਜਾ ਰਿਹਾ ਪਾਣੀ ਮਿਲੇਗਾ। ਮੋਦੀ ਨੇ ਕਿਹਾ ਕਿ ਪਾਕ ਨੂੰ ਜਾਣ ਵਾਲੇ ਪਾਣੀ 'ਤੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦਾ ਹੱਕ ਹੈ। ਪ੍ਰਧਾਨ ਮੰਤਰੀ ਦਾਦਰੀ ਦੇ ਕੁਰੂਕਸ਼ੇਤਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਨੂੰ ਉਹਨਾਂ ਦੀ 88ਵੀਂ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਉਹਨਾਂ ਦਾ ਜੀਵਨ ਦੇਸ਼ ਵਾਸੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। PM ਮੋਦੀ ਨੇ ਟਵੀਟ ਕਰਕੇ ਕਿਹਾ ਕਿ ਡਾਕਟਰ APJ ਅਬਦੁਲ ਕਲਾਮ ਜੀ ਨੂੰ ਉਹਨਾਂ ਦੀ ਜਯੰਤੀ ਤੇ ਸ਼ਰਧਾਂਜਲੀ। ਉਹਨਾਂ ਨੇ 21ਵੀਂ ਸਦੀ ਦੇ ਸਮਰੱਥ ਭਾਰਤ ਦਾ ਸੁਪਨਾ ਦੇਖਿਆ ਅਤੇ ਇਸ ਦਿਸ਼ਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਦਿੱਤਾ। ਮੋਦੀ ਨੇ ਕਿਹਾ ਕਿ ਉਹਨਾਂ ਦਾ ਜੀਵਨ ਦੇਸ਼ ਵਾਸੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਭਾਰਤ ਡਾਕਟਰ APJ ਅਬਦੁਲ ਕਲਾਮ ਨੂੰ ਉਹਨਾਂ ਦੀ ਜਯੰਤੀ ਤੇ ਸਲਾਮ ਕਰਦਾ ਹੈ। ਇੱਥੇ ਦੱਸ ਦਈਏ ਕਿ 15 ਅਕਤੂਬਰ 1931 ਨੂੰ ਤਮਿਲਨਾਡੂ ਦੇ ਰਾਮੇਸ਼ਵਰ ਵਿੱਚ ਜਨਮੇ ਅਬਦੁਲ ਕਲਾਮ ਦੇਸ਼ ਦੇ ਪੁਲਾੜ ਅਤੇ ਮਿਜ਼ਾਇਲ ਵਿਕਾਸ ਕੋਸ਼ਿਸ਼ਾਂ ਵਿੱਚ ਸ਼ਾਮਿਲ ਰਹੇ ਸਨ। ਇਸ ਕਾਰਨ ਉਹਨਾਂ ਨੂੰ ਮਿਜ਼ਾਇਲ ਮੈਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
AIMIM ਮੁਖੀ ਅਸੂਸੀਦੀਨ ਓਵੈਸੀ ਨੇ ਸੱਤਾਧਾਰੀ ਪਾਰਟੀ ਬੀਜੇਪੀ ਤੇ ਆਰਐਸਐਸ ਨੂੰ ਨਿਸ਼ਾਨੇ ਤੇ ਲਿਆ ਹੈ। ਆਰਐਸਐਸ ਨੂੰ ਨਿਸ਼ਾਨੇ ਤੇ ਰਹਿੰਦੇ ਹੋਏ ਓਵੈਸੀ ਨੇ ਕਿਹਾ ਕਿ ਭਾਰਤ ਹਿੰਦੂ ਰਾਸ਼ਟਰ ਨਹੀਂ ਅਤੇ ਉਹ ਇਸ ਨੂੰ ਅਜਿਹਾ ਬਣਨ ਵੀ ਨਹੀਂ ਦੇਣਗੇ। ਓਵੈਸੀ ਮਹਾਰਾਸ਼ਟਰ ਦੇ ਕਲਿਆਣ ਸ਼ਹਿਰ ਵਿੱਚ ਸੋਮਵਾਰ ਨੂੰ ਆਪਣੇ ਉਮੀਦਵਾਰ ਅਨਾਜ ਮੌਲਵੀ ਦੀ ਚੋਣ ਰੈਲੀ ਵਿੱਚ ਆਏ ਸਨ। ਇਸ ਰੈਲੀ ਵਿੱਚ ਓਵੈਸੀ ਨੇ ਕਿਹਾ ਕਿ ਸਮਾਜ ਦਾ ਇੱਕ ਧੜਾ ਪੂਰੇ ਦੇਸ਼ ਨੂੰ ਇੱਕ ਹੀ ਰੰਗ ਵਿੱਚ ਰੰਗਣਾ ਚਾਹੁੰਦਾ ਹੈ, ਪਰ ਅਸੀਂ ਹਿੰਦੁਸਤਾਨ ਨੂੰ ਕਈ ਰੰਗਾਂ ਵਿੱਚ ਵੇਖਦੇ ਹਾਂ। ਇਹੀ ਹਿੰਦੁਸਤਾਨ ਦੀ ਖੂਬਸੂਰਤੀ ਹੈ। ਓਵੈਸੀ ਨੇ ਅੱਗੇ ਕਿਹਾ ਕਿ ਭਾਰਤ ਧਰਮ ਨਿਰਪੱਖ ਅਤੇ ਬਹੁਲਵਾਦ ਕਰਕੇ ਵੱਖਰਾ ਦੇਸ਼ ਹੈ। ਦੁਨੀਆ ਵਿੱਚ ਭਾਰਤ ਜਿਹਾ ਕੋਈ ਹੋਰ ਦੇਸ਼ ਨਹੀਂ ਅਤੇ ਸਾਨੂੰ ਇਸ 'ਤੇ ਮਾਣ ਹੈ। ਤਿਰੁਕਲਨ ਪੰਜਾਬ ਵੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੀਂ ਪ੍ਰਕਾਸ਼ ਪੁਰਬ ਸੰਬੰਧੀ ਸੁਲਤਾਨਪੁਰ ਲੋਧੀ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਪ੍ਰਕਾਸ਼ ਉਤਸਵ 550 ਮੋਬਾਈਲ ਐਪ ਜਾਰੀ ਕੀਤੀ ਗਈ ਹੈ। ਇਹ ਐਪ ਇੱਕ ਵਾਰ ਡਾਊਨਲੋਡ ਕਰਨ ਤੋਂ ਬਾਅਦ ਮੋਬਾਈਲ ਡਾਟਾ ਆਫਲਾਈਨ ਹੋਣ 'ਤੇ ਵੀ ਕੰਮ ਕਰਦੀ ਰਹੇਗੀ। ਇਸ ਲਈ ਇੰਟਰਨੈਟ ਕਨੈਕਟੀਵਿਟੀ ਦੀ ਵੀ ਜ਼ਰੂਰਤ ਨਹੀਂ ਪਏਗੀ। ਇਹ ਮੋਬਾਈਲ ਐਪ ਵਿਸ਼ਵ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਆਵਾਜਾਈ, ਰੂਟ, ਰੇਲਵੇ, ਰਿਹਾਇਸ਼, ਸੁਰੱਖਿਆ, ਇਤਿਹਾਸਿਕ ਗੁਰਦੁਆਰੇ, ਡਾਕਟਰੀ ਸਹੂਲਤ ਅਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਮੁਹੱਈਆ ਕਰਾਏਗੀ। ਐਂਡਰਾਇਡ ਫੋਨ ਦੀ ਵਰਤੋਂ ਕਰਨ ਵਾਲੇ ਗੂਗਲ ਪਲੇ ਸਟੋਰ ਵਿੱਚ ਜਾ ਕੇ ਇਹ ਮੋਬਾਈਲ ਐਪ ਡਾਊਨਲੋਡ ਕਰ ਸਕਦੇ ਨੇ, ਜਦਕਿ ਆਈਫੋਨ ਵਰਤਣ ਵਾਲੇ ਅਗਲੇ 3 ਦਿਨਾਂ ਤੋਂ ਐਪਲ ਸਟੋਰ ਵਿੱਚ ਜਾ ਕੇ ਇਹ ਐਪ ਡਾਊਨਲੋਡ ਕਰ ਸਕਦੇ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਵਿੱਚ ਸਰਗਰਮੀ ਵਧਾ ਦਿੱਤੀ ਹੈ। ਇਸ ਤਹਿਤ ਉਹਨਾਂ ਦਾਖਾ ਵਿੱਚ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਧੂ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਰਹੇ। ਮੁੱਖ ਮੰਤਰੀ ਨਾਲ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਰਹੇ। ਦਾਖਾ ਵਿੱਚ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਧੂ ਦੇ ਹੱਕ ਵਿੱਚ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੱਗ ਲੈ ਗਈ। ਦਰਅਸਲ ਮੁੱਖ ਮੰਤਰੀ ਬੱਸ ਤੇ ਚੜ੍ਹ ਕੇ ਰੋਡ ਸ਼ੋਅ ਕਰ ਰਹੇ ਸਨ। ਇਸ ਦੌਰਾਨ ਸੜਕ ਤੇ ਲਗਾਏ ਗਏ ਰੱਸੀਆਂ ਵਾਲੇ ਬੈਨਰਾਂ ਵਿੱਚ ਉਹਨਾਂ ਦੀ ਪੱਗ ਫਸ ਕੇ ਲੈ ਗਈ। ਇਸ ਦੌਰਾਨ ਮੁੱਖ ਮੰਤਰੀ ਦੇ ਨਾਲ ਬੈਠੇ MP ਰਵਨੀਤ ਬਿੱਟੂ ਨੇ ਤੁਰੰਤ ਮੌਕਾ ਸੰਭਾਲਿਆ ਅਤੇ ਮੁੱਖ ਮੰਤਰੀ ਵਾਲੀ ਕੁਰਸੀ ਤੇ ਆ ਕੇ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ। ਤੇ ਅਗਲੀ ਖਬਰ ਅਜਨਾਲਾ ਤੋਂ ਹੈ। ਅਜਨਾਲਾ ਪੁਲਿਸ ਨੇ ਰਮਦਾਸ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਪਿੰਡਾਂ ਵਿੱਚ ਸਰਚ ਆਪਰੇਸ਼ਨ ਚਲਾਇਆ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਬਰੀਕੀ ਨਾਲ ਇਲਾਕਿਆਂ ਦੀ ਛਾਣਬੀਨ ਕੀਤੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਖੁਫੀਆ ਏਜੰਸੀਆਂ ਦੀ ਇਨਪੁੱਟ ਦੇ ਆਧਾਰ ਤੇ ਹੀ ਇਹ ਕਾਰਵਾਈ ਕੀਤੀ ਗਈ ਹੈ। ਉਹਨੇ ਕਿਹਾ ਕਿ ਕਿਸੇ ਵੀ ਮਾੜੇ ਅੰਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਏਗਾ। ਤੇ ਅੱਜ ਅਸੀਂ ਸਾਰੇ ਹੀ ਰਮਦਾਸ ਪੁਲਿਸ ਸਟੇਸ਼ਨ ਦੇ ਜਿਹੜੇ ਪਿੰਡ ਹੈਗੇ ਆ ਉਹਨਾਂ ਦੇ ਵਿੱਚ ਵੱਖ ਵੱਖ ਪਿੰਡਾਂ ਦੇ ਵਿੱਚ ਸਰਚ ਆਪਰੇਸ਼ਨ ਕਰਨ ਵਾਸਤੇ ਮਾਨਯੋਗ SSP ਸਾਹਿਬ ਸ਼੍ਰੀ ਬਿਕਰਮਜੀਤ ਦੁੱਗਲ ਜੀ ਦਿਸ਼ਾ ਨਿਰਦੇਸ਼ ਵਾਲੇ 2 ਸਾਡੇ 3 SP ਸਾਹਿਬਾਨ ਅਤੇ 6 DSP ਸਾਹਿਬਾਨ ਅਤੇ ਸਾਰੇ ਹੀ ਹੈਗੇ ਆ ਸਾਡੀ ਕਰੀਬ 197 ਜਾਂ ਪੁਲਿਸ ਪਾਰਟੀ ਦੇ ਕੰਪੋਨੈਂਟ ਦਾ ਜਿਹੜਾ ਹੈ ਸਰਚ ਅਭਿਆਨ ਜਿਹੜਾ ਜਾਰੀ ਹੈ। ਆਉਣ ਵਾਲੇ ਤਿਉਹਾਰ ਦੇ ਵਿੱਚ ਇਹਦੇ ਸੰਬੰਧ ਵਿੱਚ ਅਸੀਂ ਜਿਹੜਾ ਹੈਗਾ ਪ੍ਰਕਾਸ਼ਨਰੀ ਜਿਹੜਾ ਹੈਗਾ ਸਾਰੇ ਪਿੰਡਾਂ ਦੀ ਅਸੀਂ ਜਿਹੜੀ ਹੈ ਸਰਚ ਜਿਹੜੇ ਕਰ ਰਹੇ ਹਾਂ, ਕਾਹ ਕੋਈ ਮਾੜਾ ਬੰਦਾ ਜਿਹੜਾ ਸਿਰ ਨਾ ਚੁੱਕ ਸਕਦਾ। ਇਸ ਤਰ੍ਹਾਂ ਜਿਵੇਂ ਕੋਈ ਕਈ ਤਰ੍ਹਾਂ ਦੀ ਇਨਪੁੱਟਸ ਆਉਂਦੀਆਂ ਹੈਗੀਆਂ ਵੀ ਆ ਡਰੋਨ ਵਗੈਰਾ ਦੀ ਮੂਵਮੈਂਟ ਹੋਈ ਆ ਇੱਧਰ ਤਰਨ ਤਾਰਨ ਔਫ ਫਿਰੋਜ਼ਪੁਰ ਸਾਈਡ ਨੂੰ, ਇਸ ਤਰ੍ਹਾਂ ਦਾ ਮਤਲਬ ਹੈਗਾ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਅਸੀਂ ਪੈਦਾ ਕਰਨ ਦੀ ਖਾਤਰ ਇਹ ਅਭਿਆਨ ਜਾਰੀ ਕੀਤਾ ਅਤੇ ਵੱਖ ਵੱਖ ਪਿੰਡਾਂ ਵਿੱਚ ਅਸੀਂ ਐਜੂਕੇਟ ਵੀ ਕਰਾ ਰਹੇ ਹਾਂ। ਜੇ ਕੋਈ ਇੱਦਾਂ ਦਾ ਕੋਈ ਤੁਹਾਨੂੰ ਓਬਜੈਕਟ ਜਿਹੜਾ ਹੈਗਾ ਕੋਈ ਨਜ਼ਰ ਆਉਂਦਾ ਅਸਮਾਨ ਦੇ ਵਿੱਚ ਉੜਦਾ ਤਾਂ ਉਹ ਤੁਰੰਤ ਇਤਲਾਹ ਜਿਹੜੀ ਹੈਗੀ ਹੈ ਉਹ ਥਾਣੇ ਦਿੱਤੀ ਜਾਵੇ ਤਾਂ ਕਿ ਜਿਹੜਾ ਉਹ ਪ੍ਰੋਪਰਲੀ ਜਿਹੜਾ ਉਹ ਟਾਈਮਲੀ ਉਹਦੇ ਖਿਲਾਫ਼ ਜਿਹੜਾ ਐਕਸ਼ਨ ਲਿਆ ਜਾ ਸਕੇ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਸਾਹਿਬ ਨਗਰ ਥੇੜੀ ਅਰਬਨ ਸਟੇਟ ਫੇਸ 2 ਪਟਿਆਲਾ ਵਿਖੇ ਗੁਰਮਤਿ ਸਮਾਗਮ ਕਰਾਏ ਗਏ। ਇਸ ਦੌਰਾਨ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਆਂ ਭਾਈ ਜਸਪਾਲ ਸਿੰਘ ਖਰੜ, ਭਾਈ ਹਰਵਿੰਦਰ ਸਿੰਘ ਸ਼ਾਂਤ ਨੇ ਸੰਗਤਾਂ ਨੂੰ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਗਿਆਨੀ ਜਸਪਾਲ ਸਿੰਘ ਤਾਂ ਦੇ ਢਾਡੀ ਜਥੇ ਨੇ ਗੁਰ ਇਤਿਹਾਸ ਨਾਲ ਸੰਗਤ ਦੀ ਸਾਂਝ ਪੁਆਈ। ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਹਾਸੀ ਪਾਈ। ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਨਸ਼ਿਆਂ ਨੇ ਪੁੱਤ ਖਾ ਲਿਆ ਹੋਈ
विभाग की टीम वालों अमरगढ़ विखे मिठाइया के सैंपल भरे गए जिसकी कवरेज कर रहे पत्रकारों से हलवाइया का गुस्सा पड़ गया। हलवाइया ने ना सिर्फ पत्रकारों के काम में विघन पाया सगों उन्होंने पूरा बुरा भला भी किया। इन्ना ही नहीं एक हलवाई ने पत्रकार का कैमरा खोन की भी कोशिश की। हलवाइया का यह सारा कारनामा पत्रकारों ने कैमरे में कैद कर लिया। इस तो बाद सैंपल भरन के विरोध में धरना तक लगा दिया। उधर सेहत महकमे की टीम की अगवाई कर रही टीम के आगू ने कहा कि उन्होंने वालों त्योहारों के मद्देनजर चैकिंग की जा रही है और सैंपल ले गए हैं जिन्हों की रिपोर्ट के आधार पर अगली कार्रवाई की जाएगी। चौथे पातशाह श्री गुरु रामदास जी के प्रकाश पुरब मौके गुरुद्वारा श्री मंजी साहिब दीवान हाल विखे श्रोमणी कमेटी वालों 52 कीर्तियां नूं 11,000 रुपए और 52 होनहार लोड़वंद विद्यार्थियों नूं 5,100 रुपए की राशि नाल नवाजा गया। इस सन्मान सचखंड श्री हरिमंदर साहिब के मुख ग्रंथी सिंह साहिब ज्ञानी जगतार सिंह श्रोमणी कमेटी के मुख सकत्र डॉक्टर रूप सिंह सकत्र सरदार मनजीत सिंह बाट और मैनेजर सरदार जसविंदर सिंह दीनपुर ने दिते। डॉक्टर रूप सिंह ने दसा कि चौथे पातशाह जी वालों श्री अमृतसर साहिब की स्थापना समय 52 किताकार वसाए सन। श्री दरबार साहिब के आले दुआले किताकारां दी किरत नाल संबंधित बाजार अज भी मौजूद सन। उन्होंने कहा कि गुरमत का सिद्धांत कीर्तियां नूं विशेष महत्व दिंदा है। उधर सन्मान हासिल करने वाले ने भी गुरु साहिबान का शुकराना अदा किया। जिहड़ा सन्मान किया महाराज उहदी कृपा दे सदका ही आ। जो कुछ है असीं काम करदे आ लकड़ी दा इमारती भाग लगे आ ਉਹਦਾ ਸ਼ੁਕਰ ਕਰਦੇ ਮਹਾਰਾਜ ਦਾ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਸਤਿਕਾਰ ਭਾਵਨਾ ਨਾਲ ਮਨਾਇਆ ਜਾ ਰਿਹਾ। ਗੁਰੂ ਰਾਮਦਾਸ ਪਾਤਸ਼ਾਹ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਨੇ ਉਹਨਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ 'ਤੇ ਅਸੀਂ 52 ਕਿਰਤੀਆਂ ਨੂੰ ਇਸ ਕਰਕੇ ਸਨਮਾਨ ਕਰ ਰਹੇ ਹਾਂ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਜਦੋਂ ਅੰਮ੍ਰਿਤਸਰ ਸ਼ਹਿਰ ਵਸਾਇਆ ਸੀ ਅਤੇ 52 ਕਿਰਤੀਆਂ ਨੂੰ ਲਿਆ ਕੇ ਵਸਾਇਆ ਸੀ। ਉਹਨਾਂ ਦਾ ਮੰਤਵ ਇਹ ਸੀ ਕਿ ਵੱਖ ਵੱਖ ਜਾਤਾਂ ਧਰਮਾਂ ਖਿੱਤਿਆਂ ਦੇ ਲੋਕਾਂ ਨੂੰ ਸੱਦ ਕੇ ਅਤੇ ਇਸ ਸ਼ਹਿਰ ਨੂੰ ਡਿਵੈਲਪ ਕੀਤਾ ਜਾਵੇ। ਉਹਨਾਂ ਦੀ ਬਖਸ਼ਿਸ਼ ਸਦਕਾ ਇਹ ਸ਼ਹਿਰ ਜਿਹੜਾ ਵਾ ਬੜਾ ਵਿਕਾਸ ਕੀਤਾ। ਆਪਣਾ ਨਾਮ ਆ ਇਸ ਸ਼ਹਿਰ ਦਾ। ਹਰ ਸਿੱਖ ਸਵੇਰੇ ਸ਼ਾਮ ਜਿਹੜਾ ਅਰਦਾਸ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਦੀ ਗੱਲ ਕਰਦਾ, ਜਾਚਨਾ ਕਰਦਾ। ਅੱਜ ਅਸੀਂ ਉਹਨਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ 'ਤੇ ਉਹਨਾਂ ਵੱਲੋਂ ਚਲਾਈ ਹੋਈ ਰੀਤ ਨੂੰ ਮੱਦੇਨਜ਼ਰ ਰੱਖਦੇ ਹਾਂ 52 ਕਿਰਤੀਆਂ ਦਾ ਸਨਮਾਨ ਕੀਤਾ। ਇਹਨਾਂ ਦੇ ਵਿੱਚ 80-80 ਸਾਲ ਦੇ ਉਹ ਬਜ਼ੁਰਗ ਵੀ ਆ ਜਿਹੜਾ ਸਾਈਕਲ ਸਟੈਂਡ 'ਤੇ ਨਹੀਂ ਲਾ ਸਕਦੇ, ਪੱਥਰ ਚੁੱਕ ਨਹੀਂ ਸਕਦੇ, ਇੱਟ ਚੁੱਕ ਨਹੀਂ ਸਕਦੇ, ਦੀਵਾਨ ਚੁੱਕ ਨਹੀਂ ਸਕਦੇ, ਪਰ ਹੱਥੀਂ ਕਿਰਤ ਕਰਦੇ ਨੇ। ਮਾਈਆਂ ਬੀਬੀਆਂ ਨੇ ਜਿਹੜੀਆਂ ਸਿਲਾਈ ਕਢਾਈ ਦਾ ਕੰਮ ਕਰਦੀਆਂ ਨੇ, ਆਪਣੀ ਉਪਜੀਵਿਕਾ ਕਮਾਉਂਦੀਆਂ ਨੇ। ਇਹਨਾਂ ਨੂੰ ਸਨਮਾਨ ਦੇ ਕੇ ਸਾਡਾ ਸਿਰਫ ਇੱਕੋ ਹੀ ਆ ਕਿ ਸਿੱਖ ਵਿਹਲੜ ਨਹੀਂ ਹੋ ਸਕਦਾ, ਸਿੱਖ ਮੰਗਤਾ ਨਹੀਂ ਹੋ ਸਕਦਾ। ਪੰਜਾਬ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਦਾਅਵੇ ਤਾਂ ਜ਼ਰੂਰ ਕੀਤੇ ਨੇ, ਪਰ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਮਾਮਲਾ ਬਟਾਲਾ ਦਾ ਹੈ ਜਿੱਥੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬੀਤੇ ਦਿਨੀ 13 ਈ ਰਿਕਸ਼ਾ ਨੂੰ ਕੂੜਾ ਕਰਕਟ ਇਕੱਠਾ ਕਰਨ ਲਈ ਲਗਾਇਆ ਸੀ, ਪਰ ਇਹ ਮਹਿਜ਼ ਇੱਕ ਦਿਨ ਹੀ ਚੱਲ ਸਕੇ ਸਨ। ਦੱਸਿਆ ਜਾ ਰਿਹਾ ਕਿ ਡਰਾਈਵਰ ਨਾ ਹੋਣ ਕਾਰਨ ਇਹ ਈ ਰਿਕਸ਼ੇ ਬੰਦ ਖੜ੍ਹੇ ਨੇ। ਉਧਰ ਇਸ ਬਾਰੇ ਈਓ ਭੁਪਿੰਦਰ ਸਿੰਘ ਨੇ ਕਿਹਾ ਕਿ ਡਰਾਈਵਰਾਂ ਦੀ ਭਰਤੀ ਜਲਦ ਕੀਤੀ ਜਾਏਗੀ ਅਤੇ ਕੂੜਾ ਚੁੱਕਣ ਵਾਲੇ ਈ ਰਿਕਸ਼ੇ ਚਾਲੂ ਕੀਤੇ ਜਾਣਗੇ। 13 ਈ ਰਿਕਸ਼ਿਆਂ ਨੂੰ ਚਲਾਉਣ ਲਈ 13 ਜਿਹੜੇ ਆ ਉਹਦੇ ਚਾਹੀਦੇ ਨੇ। ਉਹਨਾਂ ਦਾ ਟੈਂਡਰ ਜਿਹੜਾ ਆਪਾਂ ਲਾਤਾ, ਟੈਂਡਰ ਮੈਚੋਰ ਹੋ ਗਿਆ ਵਾ, ਕੱਲ੍ਹ ਉਹ ਟੈਂਡਰ ਖੁੱਲ੍ਹ ਜਾਣਾ ਵਾ। ਆਪਾਂ ਨੂੰ ਜਦੋਂ ਵੀ ਡਰਾਈਵਰ ਪ੍ਰੋਵਾਈਡ ਹੁੰਦੇ ਨੇ ਆਪਾਂ ਉਹ 13 ਈ ਰਿਕਸ਼ੇ ਜਿਹੜੇ ਸ਼ਹਿਰ ਵਿੱਚ ਚਲਾ ਦੇ। ਪੰਜਾਬ ਐਂਡ ਸਿੰਧ ਬੈਂਕ ਵੱਲੋਂ ਹੋਟਲ ਇਕਬਾਲ ਇਨ ਰਾਜਪੁਰਾ ਰੋਡ SST ਨਗਰ ਪਟਿਆਲਾ ਵਿਖੇ ਬ੍ਰਾਂਚ ਮੈਨੇਜਰ ਰਿਵਿਊ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪੰਜਾਬ ਦੇ 3 ਜ਼ਿਲ੍ਹੇ ਪਟਿਆਲਾ, ਸੰਗਰੂਰ ਅਤੇ ਬਰਨਾਲਾ ਦੇ ਬ੍ਰਾਂਚ ਮੈਨੇਜਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ED ਫਰੀਦ ਅਹਿਮਦ ਅਤੇ ਜ਼ੋਨਲ ਮੈਨੇਜਰ ਪਟਿਆਲਾ ਰਜੇਸ਼ ਮਲਹੋਤਰਾ ਵੱਲੋਂ ਸ਼ਿਰਕਤ ਕੀਤੀ ਗਈ। ਮੀਟਿੰਗ ਵਿੱਚ ਫਰੀਦ ਅਹਿਮਦ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਬ੍ਰਾਂਚ ਮੈਨੇਜਰਾਂ ਨੂੰ ਗ੍ਰਾਹਕਾਂ ਨੂੰ ਬੈਂਕ ਦੀਆਂ ਵੱਖ ਵੱਖ ਸਰਕਾਰੀ ਅਤੇ ਕਰਜ਼ਾ ਯੋਜਨਾਵਾਂ ਬਾਰੇ ਜਾਗਰੂਕ ਕਰਨ ਅਤੇ ਵਧੀਆ ਬੈਂਕ ਸਹੂਲਤਾਂ ਦੇਣ ਲਈ ਪ੍ਰੇਰਿਤ ਕੀਤਾ। ਮੀਟਿੰਗ ਵਿੱਚ ਬੈਂਕ ਵੱਲੋਂ ਚਲਾਈ ਜਾ ਰਹੀ ਉਤਸਵ ਮਾਲਾ ਮੁਹਿੰਮ ਬਾਰੇ ਵੀ ਦੱਸਿਆ ਗਿਆ, ਜਿਸ ਰਾਹੀਂ ਗ੍ਰਾਹਕਾਂ ਨੂੰ 0 ਪ੍ਰੋਸੈਸਿੰਗ ਫੀਸ ਤੇ ਕਰਜ਼ੇ ਦਿੱਤੇ ਜਾ ਰਹੇ ਨੇ। ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਮੈਨੇਜਰ ਪਟਿਆਲਾ ਰਜੇਸ਼ ਮਲਹੋਤਰਾ ਵੱਲੋਂ ਮੀਟਿੰਗ ਵਿੱਚ ਹਿੱਸਾ ਲੈਣ ਆਏ ਬ੍ਰਾਂਚ ਮੈਨੇਜਰਾਂ ਨੂੰ ਵੱਧ ਤੋਂ ਵੱਧ ਗ੍ਰਾਹਕਾਂ ਨੂੰ ਬੈਂਕ ਨਾਲ ਜੋੜਨ ਲਈ ਵੀ ਪ੍ਰੇਰਿਤ ਕੀਤਾ ਗਿਆ। ਪਟਿਆਲਾ ਜ਼ੋਨ ਮੇਂ ਜੋ ਵੀ 65 ਬ੍ਰਾਂਚਸ ਹੈ ਉਹ ਬ੍ਰਾਂਚਸ ਕਾ ਰਿਵਿਊ ਕੀਆ ਗਿਆ ਹੈ ਔਰ ਪਿਛਲੇ 6 ਮਹੀਨੋਂ ਮੇਂ ਜੋ ਪ੍ਰੋਗਰੈਸ ਹੁਆ ਹੈ ਉਸਕਾ ਰਿਵਿਊ ਹੁਆ ਹੈ ਔਰ ਅਗਲੇ 6 ਮਹੀਨੇ ਮੇਂ ਕਿਆ ਕਰਨਾ ਹੈ ਵੋ ਸਟ੍ਰੈਟੇਜੀ ਕੇ ਲੀਏ ਡਿਸਕਸ਼ਨ। ਐਕਚੁਅਲੀ ਹਮਾਰਾ ਫੈਸਟੀਵਲ ਬੋਨਾਂਜ਼ਾ ਕਾ ਰਿਟੇਲ ਲੈਂਡਿੰਗ ਕਾ ਹੈ, ਹਾਊਸਿੰਗ ਲੋਨ, ਕਾਰ ਲੋਨ ਔਰ ਦੂਸਰਾ ਬਿਜ਼ਨਸ ਲੋਨ ਕੇ PSB ਵਿਆਪਾਰ ਔਰ PSB ਲਿਕਵਿਡ ਪਲਸ SMEs ਕੇ ਲੀਏ ਇਸਮੇ ਪ੍ਰੋਸੈਸਿੰਗ ਚਾਰਜਸ ਮਾਫੀ ਕੀਆ ਗਿਆ ਹੈ ਔਰ ਰੇਟ ਆਫ ਇੰਟਰੈਸਟ ਮੇਂ ਵੀ
कंसेशन दिया। पटियाला पुलिस ने 13 अक्टूबर 2019 नु पिंड शेखुपुरा थाना जुलका तो लापता हुए करीब 12 साल दे बच्चे नु लभण विच कामयाबी हासिल कीती है। ए जानकारी दिंदे पुलिस अधिकारी ने दस्सिया कि पटियाला पुलिस ने तुरंत कार्रवाई करदिया लापता हुए बच्चे नु लभ लिया है। पुलिस ने इस मामले विच बच्चे दी माता अमरजीत कौर नु गिरफ्तार कर लिया है, जिसने अपने वड्डे लड़के बलविंदर सिर नाल आपसी सलाह मशवरा करके अपने ही पिंड के वासी मेजर गिर तो पैसे बटोरन के लालच में अपना लड़का अगवा करन दी मनगढ़ंत कहानी बनाई सी। पटियाला पुलिस वालों मुश्तैदी नाल केस नू ट्रेस करके मनगढ़ंत कहानी बेपर्दा करती गई। सानू एक सीक्रेट इनफॉर्मेशन मिली कि जिहड़ा एक छोटा बच्चा हैगा वो बाबा भीखम शाह दरगाह ते पिंड कड़ाम उत्थे देखिया गया बच्चा। फौरी उत्थे पुलिस पार्टी असीं सारे उत्थे पहुंचे, पहुँच के एक छोटे बच्चे असी उतों रिकवर किया, उन्हें गलबात की तो उसने दसाया कि उसका नाम बंटी है। तो जोड़े उत्थे होर श्रद्धालु गण उ मत्था टेकन लिया से उन्होंने भी इस गल की तस्दीक की कि यह दस रहा कि यदि माँ जी अमरजीत कौर जिन्हें मुकदमा दर्ज कराया गवाह का तो वह जो व्डा भरा है वह दोनों जने इतने छड़ के आए बच्चे गए हैं। उस तो बाद तफ्तीश एक नव मोड़ आने असी उत्थे सारे जिहड़े दरगाह दे उपर कैमरे लगे हुए सी उन्होंने असी सर्च किया। कैमरिया के सर्च करन ते उत्ते बड़ा क्लीयर आ गया कि जिहड़ी ये माँ जिहड़ी जिन्हां ने मुकदमा दर्ज कराया सी श्रीमती अमरजीत कौर ते उन्हां दा जिहड़ा वड्डा बेटा है बलविंदर सिंह ये दोनों जने मोटरसाइकिल ते इस बंटी मुंडे नूं जिहनूं अगवा करन दा नाटक रचा गया सी उहनूं खुद ही सवेरे छड़ के गए सी दरगाह ते। लुधियाना पुलिस ने बीते दिन हुए हरविंदरपाल सिंह नामी व्यक्ति के कतल के मामले में सुलझाने का दावा किया है, जिस मामले में उसकी पत्नी को गिरफ्तार कर लिया गया है। पुलिस कमिश्नर राकेश अग्रवाल ने कहा कि पुष्पिंदर कौर ने अपने प्रेमी नाल मिलकर हरविंदरपाल सिंह का कतल कर दिया, अपने परिवारिक मैंबरों को गुमराह करके उसका संस्कार करवा दिया। पुलिस ने मामले में सुलझाउंदिया तिना मुलजमान काबू कर लिया। हैडक्वार्टर ऑफ इमीग्रेशन सर्विसिज पटियाला यूके दे वीजे लगाने लैके सुनहरी मौका दे रहे ने। इस संबंधी डायरेक्टर कमलजीत सिंह ने मीडिया नाल जानकारी सांझी की थी। वेखो एक खास रिपोर्ट। मैं अपने दर्शकों को यह दसना चाहता हाँ जेकर जेकर तुसी यूके जाना चाहते हो तो एक बार हैडक्वार्टर ऑफ इमीग्रेशन सर्विसिज पटियाला विखे जरूर विजिट करो। असीं तुहाडा वीज़ा यूके दे माहिर वकीलों थ्रू अप्लाई करांगे अते एक हफ्ते के अंदर अंदर तुहाडा ऑफर लैटर अते एक हफ्ते के अंदर अंदर तुहाडा कैश लैटर मुहैया करावांगे। जेकर तुसी फीस आफ्टर वीज़ा पे करना चाहते हो तो असीं बच्चों को यह सहूलत भी मुहैया करा रहे हाँ। ਵਧੇਰੇ ਜਾਣਕਾਰੀ ਲਈ ਸਾਡੇ ਨੰਬਰਾਂ ਤੇ ਸੰਪਰਕ ਕਰੋ। ਥੈਂਕ ਯੂ। ਖਾਲਸਾ ਕਾਲਜ ਪਟਿਆਲਾ ਤੇ ਚੜ੍ਹਦੀਕਲਾ ਟਾਈਮ ਟੀਵੀ ਦੇ MOU ਤਹਿਤ ਖਾਲਸਾ ਕਾਲਜ ਪਟਿਆਲਾ ਦੀ ਪ੍ਰੋਡਕਸ਼ਨ ਨਨਕਾਣਾ ਬਾਜਾ ਮਾਰਦਾ ਗੀਤ ਦਾ ਪੋਸਟਰ ਅਦਾਰਾ ਚੜ੍ਹਦੀਕਲਾ ਦੇ ਦਫ਼ਤਰ ਵਿੱਚ ਰਿਲੀਜ਼ ਕੀਤਾ ਗਿਆ। ਇਸ ਨੂੰ ਰਿਲੀਜ਼ ਕਰਨ ਦੀ ਰਸਮ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਅਤੇ ਸੰਤ ਬਾਬਾ ਲੱਖਾ ਸਿੰਘ ਜੀ ਅਦਾਰਾ ਚੜ੍ਹਦੀਕਲਾ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਉਬਾ ਨੇ ਅਦਾ ਕੀਤੀ। ਇਹ ਗੀਤ ਯਾਮੀ ਸਿੰਘ ਵੱਲੋਂ ਗਾਇਆ ਗਿਆ ਹੈ। ਸੰਗੀਤ ਨਿਰਦੇਸ਼ਨ ਡਾਕਟਰ ਜਗਜੀਤ ਸਿੰਘ ਦਾ ਹੈ ਅਤੇ ਇਸ ਗੀਤ ਦੇ ਲੇਖਕ ਅਤੇ ਡਾਇਰੈਕਟਰ ਡਾਕਟਰ ਧਰਮਿੰਦਰ ਸਿੰਘ ਉਬਾ ਹਨ। ਇਹ ਗੀਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਗੀਤ ਨੂੰ ਚੜ੍ਹਦੀਕਲਾ ਟਾਈਮ ਟੀਵੀ ਤੇ 17 ਅਕਤੂਬਰ ਨੂੰ ਸਵੇਰੇ 8:35 ਤੇ ਰਿਲੀਜ਼ ਕੀਤਾ ਜਾਏਗਾ ਅਤੇ ਖਾਲਸਾ ਕਾਲਜ ਪਟਿਆਲਾ ਦੇ ਯੂਟਿਊਬ ਚੈਨਲ ਤੇ ਵੀ ਰਿਲੀਜ਼ ਕੀਤਾ ਜਾਏਗਾ। ਕਾਲਜ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਉਬਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਚੜ੍ਹਦੀਕਲਾ ਟਾਈਮ ਟੀਵੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਹੋਰ ਵੀ ਗੀਤ ਰਿਲੀਜ਼ ਕੀਤੇ ਜਾਣਗੇ। ਇਸ ਮੌਕੇ ਮੈਡਮ ਜਸਵਿੰਦਰ ਕੌਰ ਦਰਦੀ, ਡਾਕਟਰ ਇੰਦਰਪ੍ਰੀਤ ਕੌਰ, ਚੜ੍ਹਦੀਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਦਰਦੀ, ਚੈਨਲ ਹੈੱਡ ਸਾਹਿਬ ਸਿੰਘ ਵੀ ਮੌਜੂਦ ਰਹੇ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ 'ਚ ਇੰਨਾ ਹੀ। ਦੇਸ਼ ਦੁਨੀਆਂ ਦੀ ਬਾਕੀ ਖਬਰਾਂ ਦੀ ਜਾਣਕਾਰੀ ਲਈ ਤੁਸੀਂ ਬਣੇ ਰਹੋ ਸਾਡੇ ਨਾਲ ਚੜ੍ਹਦੀਕਲਾ ਟਾਈਮ ਟੀਵੀ 'ਤੇ। ਧੰਨਵਾਦ।